ਸਸ਼ਿਕਾਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ ਐਨਆਰਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਚੋਣ ਮੈਨੀਫੈਸਟੋ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਲੀ ਵਿੱਚ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਰਜਿੰਦਰ ਕੌਰ ਪੱਠਲ ਵੀ ਇਸ ਮੌਕੇ ਉੱਤੇ ਮੌਜੂਦ ਸਨ। ਕਾਂਗਰਸ ਦੇ 9 ਸੂਤਰੀ ਏਜੰਡਿਆਂ ਦੀਆਂ ਪ੍ਰਮੁੱਖ ਗੱਲਾਂ ਇਸ ਤਰ੍ਹਾਂ ਹਨ। ਪੰਜਾਬ ਦਾ ਪਾਣੀ ਪੰਜਾਬ ਲਈ, ਨਸ਼ੇ ਦੀ ਸਪਲਾਈ, ਵੰਡ ਤੋਂ ਖਪਤ 4 ਹਫ਼ਤਿਆਂ 'ਚ ਖਤਮ ਕਰਨਾ, ਘਰ ਘਰ ਰੋਜ਼ਗਾਰ, ਕਿਸਾਨਾਂ ਲਈ ਆਰਥਿਕ ਤੇ ਸਮਾਜਿਕ ਸੁਰੱਖਿਆ, ਖੇਤੀਬਾੜੀ ਕਰਜ਼ਿਆਂ ਨੂੰ ਮੁਆਫ਼ ਕਰਨਾ, ਵਪਾਰ ਬਿਜ਼ਨਸ ਤੇ ਉਦਯੋਗ ਲਈ ਕਾਰੋਬਾਰਾਂ ਦੀ ਆਜ਼ਾਦੀ ਤੇ ਉਚਿਤ ਰੇਟਾਂ 'ਚ ਬਿਜਲੀ ਉਪਲਬਧ ਕਰਾਉਣੀ ਤੇ ਪਾਣੀ ਦੀ ਸਫਾਈ, ਸੁਰੱਖਿਆ, ਮਹਿਲਾ ਸਸ਼ਕਤੀਕਰਨ। ਵਾਈਟ ਹਾਊਸ ਦੇ ਚੀਫ ਆਫ ਸਟਾਫ ਨੇ ਕਿਹਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਖੁਫੀਆ ਏਜੰਟਸ ਦੇ ਹੈਕਿੰਗ ਦੇ ਮਾਮਲੇ ਨੂੰ ਸਵੀਕਾਰ ਕਰਦੇ ਹਨ। ਵਾਈਟ ਹਾਊਸ ਦੇ ਚੀਫ ਸਟਾਫ ਬਣਨ ਜਾ ਰਹੇ ਰੈਸ ਪ੍ਰਿਵਰਸ ਨੇ ਕਿਹਾ ਕਿ ਉਹ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੈਕਿੰਗ ਤੇ ਖੁਫੀਆ ਵਿਭਾਗ ਦੇ ਨਤੀਜੇ ਨੂੰ ਸਵੀਕਾਰ ਕਰਦੇ ਹਨ ਕਿ ਰੂਸ ਨੇ ਚੋਣਾਂ ਦੌਰਾਨ ਸਾਈਬਰ ਹਮਲੇ ਕੀਤੇ ਹਨ ਅਤੇ ਇਸ ਦੇ ਜਵਾਬ 'ਚ ਕਾਰਵਾਈ ਕੀਤੀ ਜਾ ਸਕਦੀ ਹੈ। ਰਿਪਬਲਿਕਨ ਨੈਸ਼ਨਲ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿਵਰਸ ਨੇ ਕਿਹਾ, ਟਰੰਪ ਜਾਣਦੇ ਹਨ ਕਿ ਡੈਮੋਕ੍ਰੇਟ ਪਾਰਟੀ ਸੰਗਠਨਾਂ 'ਚ ਘੁਸਪੈਠ ਪਿੱਛੇ ਮਾਸਕੋ ਸੀ। ਪ੍ਰਿਵਰਸ ਦਾ ਇਹ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਵਾਰ ਇਸ ਦੇ ਦਾਅਵੇ ਨੂੰ ਠੁਕਰਾ ਚੁੱਕੇ ਹਨ ਕਿ ਰੂਸ ਚੋਣਾਂ 'ਚ ਉਸ ਦੀ ਮਦਦ ਕਰ ਰਿਹਾ ਸੀ। ਉਹਨਾਂ ਤਰਕ ਦਿੱਤਾ ਕਿ ਇਹ ਰਾਜਨੀਤਿਕ ਵਿਰੋਧੀ ਜਿੱਤ ਨੂੰ ਘੱਟ ਕਰਨ ਲਈ ਅਜਿਹਾ ਦੋਸ਼ ਲਗਾ ਰਹੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਜਵਾਈ ਨੂੰ ਨਵਾਂ ਸਲਾਹਕਾਰ ਨਿਯੁਕਤ ਕੀਤਾ ਹੈ। 35 ਸਾਲਾ ਕੁਸ਼ੇਨ ਟਰੰਪ ਦੀ ਵੱਡੀ ਧੀ ਇਵਾਕਾ ਦੇ ਪਤੀ ਹਨ। ਦੋਹਾਂ ਨੇ 2009 'ਚ ਵਿਆਹ ਕਰਵਾਇਆ ਸੀ। ਅਜਿਹਾ ਬਹੁਤ ਘੱਟ ਮਾਮਲਿਆਂ 'ਚ ਹੁੰਦਾ ਹੈ ਕਿ ਰਾਸ਼ਟਰਪਤੀ ਦਾ ਕੋਈ ਨੇੜਲਾ ਵਿਅਕਤੀ ਖਾਸ ਅਹੁਦੇ ਤੇ ਬੈਠੇ। ਜ਼ਿਕਰਯੋਗ ਹੈ ਕਿ ਕੁਸ਼ਨੌਰ ਕਾਨੂੰਨੀ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਅਹੁਦਾ ਸੰਭਾਲ ਰਹੇ ਹਨ। ਇਸ ਲਈ ਉਹਨਾਂ ਨੂੰ ਸੈਨੇਟ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ। ਸ਼ਿਮਲਾ 'ਚ ਹੋ ਰਹੀ ਲਗਾਤਾਰ ਬਰਫ਼ਬਾਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਪਹਿਲੀ ਵਾਰ 1991 ਤੋਂ ਬਾਅਦ ਹੋਇਆ ਜਦਕਿ ਸ਼ਿਮਲਾ ਦੇ ਨੇੜਲੇ ਇਲਾਕਿਆਂ 'ਚ ਖਾਸੀ ਬਰਫ਼ਬਾਰੀ ਹੋਈ ਹੈ। ਲਗਾਤਾਰ ਹੋ ਰਹੀ ਬਰਫ਼ਬਾਰੀ ਨੇ ਪਹਾੜੀ ਇਲਾਕਿਆਂ 'ਚ ਦਿੱਕਤਾਂ ਪੈਦਾ ਕਰ ਦਿੱਤੀਆਂ ਹਨ। ਸ਼ਿਮਲਾ ਅਤੇ ਖਾਸ ਕਰਕੇ ਇਸ ਦੇ ਨੇੜਲੇ ਇਲਾਕੇ 'ਚ ਬਿਜਲੀ ਅਤੇ ਟੈਲੀਫੋਨ ਸਪਲਾਈ ਪੂਰੀ ਤਰ੍ਹਾਂ ਠੱਪ ਹੈ। ਖਰਾਬ ਮੌਸਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬੱਸ ਸਰਵਿਸ ਵੀ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਹੈ। ਖਰਾਬ ਮੌਸਮ ਦੇ ਕਾਰਨ ਇੱਥੇ ਜ਼ਰੂਰੀ ਚੀਜ਼ਾਂ ਦੀ ਵੀ ਕਿੱਲਤ ਹੋ ਰਹੀ ਹੈ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਯਾਨੀ ਕਿ ਕਮਲਪ੍ਰੀਤ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।